ਸਤਿ ਸ਼੍ਰੀ ਅਕਾਲ ਜੀ ਮੁਰਤੋ ਫਿਰ ਤੋਂ ਤੁਹਾਡਾ ਸਵਾਗਤ ਹੈ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਗਗਨਦੀਪ ਸਿੰਘ ਗਨਤਪੁਰੀ ਤੇ ਮੇਰੇ ਨਾਲ ਮੇਰੇ ਸਾਥੀ ਰੁਹੀ ਗਰੋਵਰ ਜੀ ਤੇ ਅਸੀਂ ਇਤਿਹਾਸ ਦੀ ਗੱਲ ਕਰਦੇ ਸੀ ਪਾਈਟੇ ਸਾਜੀ ਬਾਰੇ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨਾਂ ਨੇ ਦਰਸ਼ਨਾ ਦੀ ਤਾਂਗ ਰੱਖੀ ਤਾਂ ਉਹ ਟਰਾਲੀ ਚੱਲੇ ਗਈ ਤੇ ਟਰਾਲੀ ਜਾ ਕੇ ਜਦੋਂ ਗੁਰੂ ਜੀ ਬੈਠੇ ਸੀਗੇ ਤਾਂ ਉਹਨਾਂ ਨੂੰ ਪਿਆਸ ਲੱਗੀ ਤੇ ਪਾਈਟੇ ਸਾਜੀ ਜਿਹੜੇ ਆ ਪੱਜ ਕੇ ਜਿਹੜਾ ਉਹਨਾਂ ਵਾਸਤੇ ਜਲ ਲੈ ਕੇ ਆਏ ਜਲ ਚਕਾਉਣ ਲੱਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਆ ਪੁੱਛਿਆ ਕਿ ਤੂੰ ਕੌਣ ਹੈ ਹੋਂਸ ਨੇ ਆਪਣਾ ਨਾਮ ਦੱਸਿਆ ਤਾਂ ਫਿਰ ਗੁਰੂ ਸਾਹਿਬਾਂ ਨੇ ਜਿਹੜੀ ਆ ਪੰਕਤੀ ਜਿਹੜੀ ਆ ਦੁਹਰਾਈ ਇਹ ਜਿਹੜਾ ਇਤਿਹਾਸ ਅਸੀਂ ਜਿਹੜਾ ਆ ਸਰਵਣ ਕਰ ਰਹੇ ਸੀਗੇ ਤੇ ਫਿਰ ਜਿਹੜਾ ਆ ਗੁਰੂ ਸਾਹਿਬ ਨੇ ਉਹੀ ਜਿਹੜੀ ਆ ਪੰਕਤੀ ਜਿਹੜੀ ਆ ਦੁਹਰਾਈ ਤੇ ਰੂਹੀ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹਵਾਂਗਾ ਇੱਥੇ ਤੇ ਅਸੀਂ ਨਾ ਕਈ ਵਾਰੀ ਜਦੋਂ ਗੁਰਬਾਣੀ ਦੀ ਗੱਲ ਕਰਦੇ ਆ ਕੋਈ ਪੰਕਤੀ ਆ ਜਾਂਦੀ ਆ ਤੇ ਅਸੀਂ ਤੁੱਕ ਕਹਿ ਦਿੰਨੇ ਆ ਜਾਂ ਤੁੱਕਾਂ ਕਹਿ ਦਿੰਨੇ ਆ ਗੁਰਬਾਣੀ ਦੀਆਂ ਤੁੱਕਾਂ ਜੇ ਅਸੀਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਕਹਿੰਦੇ ਆ ਤੇਰ ਨਹੀਂ ਤਾਂ ਤੁੱਕਾ ਸਹੀ ਠੀਕ ਹੈ ਨਾ ਤੁੱਕਾ ਇੱਕ ਉਹ ਚੀਜ਼ ਹੈ ਕਿ ਜਿਹੜੀ ਲੱਗ ਗਿਆ ਤਾਂ ਠੀਕ ਹੈ ਨਹੀਂ ਤਾਂ ਨਾ ਸਹੀ ਗੁਰਬਾਣੀ ਸੱਚ ਦੇ ਆਧਾਰ ਤੇ ਆ ਮਤਲਬ ਠੀਕ ਵੀ ਹੋ ਸਕਦੀ ਹੈ ਉਹ ਗਲਤ ਵੀ ਹੋ ਸਕਦੀ ਹੈ ਗਲਤ ਵੀ ਹੋ ਸਕਦੀ ਹੈ ਗੁਰਬਾਣੀ ਸੱਚ ਹੈ ਗੁਰਬਾਣੀ ਦਾ ਸਿਧਾਂਤ ਹੈ ਗੁਰਬਾਣੀ ਦਾ ਕਾਨੂੰਨ ਹੈ ਗੁਰਬਾਣੀ ਜਿਹੜੀ ਆ ਸੱਚ ਦੇ ਉੱਤੇ ਹੀ ਲਿਖੀ ਗਈ ਆ ਤੇ ਫਿਰ ਤੁੱਕਾਂ ਦਾ ਮਤਲਬ ਕੀ ਹੈ ਇੱਥੇ ਇੱਥੇ ਬਿਲਕੁਲ ਉਚਾਰਨ ਨਹੀਂ ਗਲਤ ਹੈ ਵੀ ਜਿਹੜਾ ਆ ਅਸੀਂ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਇਹ ਕਈ ਬੁੱਕਸ ਦੇ ਵਿੱਚ ਲਿਖਿਆ ਹੁੰਦਾ ਆ ਵੀ ហេਠਾਂ ਲਿਖੀਆਂ ਨੇ ਜਾਂ ਗੁਰੂ ਗੁਰਬਾਣੀ ਦੀਆਂ ਤੁਕਾਂ ਤੁਸੀਂ ਜਿਹੜੀਆਂ ਸਰਵਣ ਕਰ ਰਹੇ ਹੋ ਜਾਂ ਗੁਰਬਾਣੀ ਦੀ ਤੁਕ ਦੇ ਵਿੱਚ ਲਿਖਿਆ ਹੋਇਆ ਤੁਕ ਨਹੀਂ ਆ ਇਹ ਸਚਾਈ ਆ ਇਹ ਸੱਚ ਲਿਖੀ ਹੋਈ ਆ ਗੱਲ ਇਹ ਸੱਚ ਦੇ ਸਿਧਾਂਤ ਦੇ ਉੱਤੇ ਜਿਹੜੀ ਆ ਖੜਾ ਉਤਰਦੀ ਆ ਤੇ ਇਸ ਕਰਕੇ ਜਿਹੜੀਆਂ ਨੇ ਉਹ ਪੰਕਤੀਆਂ ਦਾ ਜਿਹੜਾ ਆ ਉਚਾਰਨ ਕਰਨਾ ਚਾਹੀਦਾ ਆ ਆ ਹੋ ਸਕਦਾ ਕਿਤੇ ਨਾ ਕਿਤੇ ਜਿਹੜਾ ਤੁਕ ਦਾ ਅਰਥ ਮੈਨੂੰ ਸਹੀ ਨਾ ਪਤਾ ਹੋਵੇ ਤਾਂ ਮੈਂ ਇਸ ਨੂੰ ਜਿਹੜਾ ਆ ਆ ਜਿਹੜਾ ਆ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਦਰਸ਼ਕਾਂ ਦੇ ਨਾਲ ਜਿਹੜੇ ਆ ਹੋ ਇਹ ਗੱਲ ਜਿਹੜੀ ਸਾਂਝੀ ਕਰਨਾ ਜਾਵਾਂਗਾ ਇਸ ਉੱਤੇ ਜਿਹੜਾ ਮੈਂ ਧਿਆਨ ਵੀ ਦੇਵਾਂਗਾ ਕਿ ਇਸ ਦੇ ਜਿਹੜੇ ਹੋਰ ਕੀ ਅਰਥ ਜਿਹੜੇ ਆ ਉਹ ਨਿਕਲ ਸਕਦੇ ਨੇ ਪਰ ਜੇ ਅਸੀਂ ਦੇਖਿਆ ਜਾਵੇ ਕਿ ਇਹਦੀ ਜਿਹੜੀ ਬਣਤਰ ਜਾਂ ਪੜਨ ਦੇ ਵਿੱਚ ਜਿਹੜਾ ਆ ਕਾਫੀ ਜਿਹੜਾ ਹੋਰ ਤਰ੍ਹਾਂ ਦਾ ਜਿਹੜਾ ਫੀਲ ਜਾ ਹੁੰਦਾ ਆ ਤੇ ਜਿਹੜਾ ਆ ਉਹ ਸਹੀ ਜੈ ਨਹੀਂ ਲੱਗਦਾ ਇਹੀ ਆ ਕਿ ਜਿਹੜਾ ਆ ਗੁਰਬਾਣੀ ਦੀਆਂ ਜਣੀਆਂ ਨੇ ਉਹ ਪੰਕਤੀਆਂ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਨੇ ਉਹ ਅੰਗ ਹੁੰਦੇ ਨੇ ਜੇ ਤੁਸੀਂ ਦਸਾਂ ਗੁਰਾਂ ਦੀ ਜਾਗਤ ਜੋਤ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਰੂਪੀ ਮੰਨਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੇ ਸਾਰੇ ਹੀ ਗੁਰਾਂ ਨੂੰ ਭਗਤ ਸਹਿਬਾਨਾਂ ਨੂੰ ਭਟਾਂ ਨੂੰ ਸਵੈਆਂ ਨੂੰ ਵੈਰਾਗਿਆਂ ਨੂੰ ਜਿੰਨੇ ਵੀ ਗੁਰੂ ਸਾਹਿਬ ਦੇ ਵਿੱਚ ਜਿਹੜੀਆਂ ਬਾਣੀ ਜਿੰਨੀਆਂ ਦੀ ਵੀ ਦਰਜ ਹੈ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਆ ਦਰਸ਼ਨ ਕਰਦੇ ਹੋ ਬਾਣੀ ਪੜ ਕੇ ਤਾਂ ਫਿਰ ਮਤਲਬ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਆ ਜਿੰਦਾ ਗੁਰੂ ਦਾ ਜਿਹੜਾ ਆ ਉਹ ਦਰਜਾ ਦਿੱਤਾ ਗਿਆ ਆ ਤਾਂ ਫੇਰ ਜਿਹੜਾ ਆ ਉਹਦੇ ਜਿਹੜੇ ਆ ਪੱਤਰੇ ਨਹੀਂ ਹੁੰਦੇ ਉਹਦੇ ਜਿਹੜੇ ਆ ਪੰਨੇ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1430 ਪੰਨੇ ਹੁੰਦੇ ਨੇ ਬਹੁਤ ਦੁੱਖ ਲੱਗਦਾ ਕਿ ਜਦੋਂ ਕੋਈ ਇਸ ਤਰ੍ਹਾਂ ਕੋਈ ਪ੍ਰਚਾਰਕ ਵੀ ਕਹਿੰਦਾ ਉਹਨਾਂ ਦੇ ਪੱਤਰਾਂ ਦੇ ਉੱਤੇ ਹਾਂ ਹੋ ਸਕਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀ ਜਿਹੜੀ ਸੰਪੂਰਨਤਾ ਹੀ ਨਹੀਂ ਹੋਈ ਸੀਗੀ ਜਾਂ ਮਤਲਬ ਉਹਦੇ ਵਿੱਚ ਜਿਹੜੀ ਆ ਅੱਧੀ ਬਾਣੀ ਜਿਹੜੀ ਆ ਉਹ ਲਿਖੀ ਗਈ ਸੀਗੀ ਜਾਂ ਇਹ ਵੀ ਕਹਿ ਸਕਦੇ ਆ ਕਿ ਜਿਹੜੇ ਆ ਅ ਤੀਰ ਮੱਲੀਆਂ ਕੋਲ ਜਿਹੜਾ ਗ੍ਰੰਥ ਹੈ ਜਿਹਨੂੰ ਖਾਰੀ ਗ੍ਰੰਥ ਕਿਹਾ ਜਾਂਦਾ ਆ ਉਸ ਅਸੀਂ ਗ੍ਰੰਥ ਨੂੰ ਜਾਂ ਹੋਰ ਕੋਈ ਗ੍ਰੰਥ ਨੂੰ ਪੱਤਰੇ ਕਹਿ ਸਕਦੇ ਆ ਠੀਕ ਹੈ ਨਾ ਪਰ ਹੁਣ ਸੰਪੂਰਨਤਾਈ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਹੈਗੀ ਆ ਤੇ ਦਸੇ ਗੁਰੂ ਸਹਿਬਾਨਾਂ ਦੀ ਜਿਹੜੀ ਆ ਉਹ ਜਗਤ ਜੋਤ ਹੈ ਦਰਸ਼ਨ ਕਰਨੇ ਅਸੀਂ ਬਾਣੀ ਪੜ ਕੇ ਤੇ ਅਸੀਂ ਉਹਨਾਂ ਨੂੰ ਅੰਗ ਕਵਾਂਗੇ ਜੇ ਇੱਕ ਇਨਸਾਨ ਦਾ ਨਾਕ ਅੰਗ ਹੈ ਆਖਾਂ ਅੰਗ ਹੈ ਮੂੰਹ ਅੰਗ ਹੈ ਬਾਵਾ ਅੰਗ ਨੇ ਕਾਨਾ ਅੰਗ ਨੇ ਸੇਰ ਅੰਗ ਹੈ ਤਾਂ ਫੇਰ ਦਸਾਂ ਗੁਰਾਂ ਦੀ ਜਾਗਤ ਜੋਤ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਜਿੰਨੇ ਵੀ 1430 ਅੰਗ ਨੇ ਤੇ ਉਹ ਅੰਕ ਹੀ ਨੇ ਉਹਨਾਂ ਨੂੰ ਅੰਗ ਹੀ ਜਿਹੜਾ ਕਹਿਆ ਕਰੋ ਇਹ ਪੱਤਰੇ ਨਹੀਂ ਹੈ ਕੋਈ ਪੰਨੇ ਨਹੀਂ ਹੈ ਇਹ ਕੋਈ ਪੇਜ ਨਹੀਂ ਹੈ ਸਫਾ ਨੰਬਰ ਨਹੀਂ ਹੈ ਠੀਕ ਹੈ ਨਾ ਸਫਾ ਨੰਬਰ ਦਾ ਮਤਲਬ ਨਹੀਂ ਅੰਗ ਨੰਬਰ ਠੀਕ ਹੈ ਜੀ ਪੱਤਰੇ ਨੰਬਰ ਇੰਨੇ ਪੱਤਰੇ ਨੇ ਉਹ ਪੱਤਰੇ ਪਾੜ ਦਿੱਤੇ ਆ ਕਰ ਦਿੱਤਾ ਪਤ੍ਰੇ ਤਾਂ ਮੇਰੇ ਹਿਸਾਬ ਨਾਲ ਮੈਨੂੰ ਤਾਂ ਬਿਲਕੁਲ ਵੀ ਪਸੰਦ ਨਹੀਂ ਆ ਹੋ ਸਕਦਾ ਕੋਈ ਇਹਦਾ ਪੁਰਾਣਾ ਜਦੋਂ ਲਿਖਾਈ ਕੀਤੀ ਗਈ ਹੋਵੇ ਉਦੋਂ ਗੁਰੂ ਸਾਹਿਬਾਨ ਦਾ ਦਰਜਾ ਨਹੀਂ ਦਿੱਤਾ ਗਿਆ ਹੋਵੇ ਉਦੋਂ ਇਹ ਸ਼ਬਦ ਜਿਹੜੇ ਉਚਾਰੇ ਜਾਂਦੇ ਹੋਣਗੇ ਪਰ ਜਿਹੜਾ ਬਿਲਕੁਲ ਵੀ ਸਹੀ ਨਹੀਂ ਲੱਗਦਾ ਇਹ ਸ਼ਬਦ ਜਿਹੜਾ ਆ ਇੱਕ ਤੁਕਾਂ ਤੇ ਜਿਹੜਾ ਆ ਇਹ ਪੰਨੇ ਪੱਤਰੇ ਜਾਂ ਮਤਲਬ ਇਸ ਤਰ੍ਹਾਂ ਦੀ ਜਿਹੜੀ ਆ ਭਾਸ਼ਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੀ ਜਾਨ ਤੋਂ ਵੀ ਵੱਧ ਸਮਝਦੇ ਹੋ ਤਾਂ ਇਦਾਂ ਦਾ ਜਿਹੜਾ ਆ ਇਹਨਾਂ ਵਾਸਤੇ ਜਿਹੜਾ ਉਚਾਰਨ ਕਰਨਾ ਤਾਂ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਵੀ ਜਿਹੜਾ ਆ ਉਸੈ ਨਹੀਂ ਆ ਸਾਨੂੰ ਜਿਹੜਾ ਜਿੰਨਾ ਸਤਕਾਰ ਹੋ ਸਕੇ ਇਨਸਾਨ ਥਿਨ-ਥਿਨ ਭੁੰਨਣ ਹਾਰ ਹੈ ਉਦੀ ਮਾਫੀ ਜਿਹੜੀ ਆ ਬਖਸ਼ੀ ਜਾ ਸਕਦੀ ਆ ਪਰ ਆਪਣੀ ਮਤ ਦੇ ਅਨੁਸਾਰ ਜਿਹੜੀ ਅਸੀਂ ਗਲਤੀ ਕਰਦੇ ਆ ਉਹਨਾਂ ਦਾ ਇਹੀ ਪਾਪਾਂ ਦਾ ਜਿਹੜਾ ਜਿਹੜਾ ਸਾਨੂੰ ਜਿਹੜੀ ਆ ਇਹ ਸਜ਼ਾ ਮਿਲਦੀ ਆ ਤੇ ਫਿਰ ਕਹਿੰਦੇ ਆ ਕਿ ਜੇ ਸਭ ਕੁਝ ਪ੍ਰਮਾਤਮਾ ਕਰਦਾ ਆ ਤੇ ਇਨਸਾਨ ਨੂੰ ਕਿਉਂ ਜਿਹੜਾ ਆ ਉਹਦਾ ਅ ਪੂਕਤਨਾ ਪੈਂਦਾ ਆ ਤੇ ਜੇ ਆਪਣੀ ਮੱਤ ਦੇ ਅਨੁਸਾਰ ਜਿਹੜਾ ਅਸੀਂ ਕਰਾਂਗੇ ਉਹਦਾ ਸਾਨੂੰ ਪੂਕਤਨਾ ਹੀ ਪਏਗਾ ਜੇ ਜਾਣੇ-ਜਾਣੇ ਦੇ ਵਿੱਚ ਸਾਡੇ ਕੋਲ ਗਲਤੀ ਹੋਊਗੀ ਉਹਦੇ ਲਈ ਗੁਰੂ ਜਿਹੜਾ ਆ ਸਾਡਾ ਉਹ ਸਾਨੂੰ ਪੈਰ-ਪੈਰ ਤੇ ਮੈਂ ਕਿਹਾ ਇੱਕ ਜਦੋਂ ਅਸੀਂ ਪਲਕ ਝਪਕਦੇ ਆ ਤੇ ਉੰਨੀਆਂ ਗਲਤੀਆਂ ਹੁੰਦੀਆਂ ਨੇ ਸਾਡੇ ਕੋਲ ਉਹ ਵੀ ਜਿਹੜਾ ਆ ਸਾਡਾ ਗੁਰੂ ਸਾਨੂੰ ਜਿਹੜਾ ਆ ਉਹ ਮਾਫ ਕਰਦਾ ਆ ਜੀ ਤੇ ਅਸੀਂ ਗੱਲ ਕਰ ਰਹੇ ਸੀ ਕਿ ਗੁਰੂ ਜੀ ਨੇ ਉਹ ਪੰਕਤੀ ਫੇਰ ਦੁਹਾਈ ਜਦੋਂ ਸਾਰੀ ਗੱਲ ਪਾਈ ਸਾਈਂ ਦਾਸ ਜੀ ਨੂੰ ਢੇਸਾ ਜੀ ਨੇ ਦੱਸੀ ਉਹਨਾਂ ਸਮਝਾਇਆ ਕਿ ਤੁਹਾਡੇ ਬਿਨਾਂ ਕਹੀ ਤੇ ਉਹ ਉਹ ਸਮਾਂ ਨਿਸ਼ਚਿਤ ਕਰ ਦਿੱਤਾ ਹੈ ਉਹ ਤੇ ਆਪ ਹੀ ਜਾਣੀ ਜਾਣ ਹਨ ਕੁਝ ਕਹਿਣ ਦੀ ਲੋੜ ਨਹੀਂ ਸਮਾਂ ਤਾਂ ਬੀਤ ਜਾਵੇਗਾ ਤੁਸੀਂ ਵਾਹਿਗੁਰੂ ਦੇ ਧਿਆਨ ਵਿੱਚ ਲੱਗੇ ਰਹੋ ਸੇਵਾ ਸਿਮਰਨ satsang ਕਰਦੇ ਰਹੋ ਭਾਈ ਤੇਸਾ ਜੀ ਉਸੇ ਤਰ੍ਹਾਂ ਲੱਗੇ ਰਹੇ ਇੱਕ ਦਿਨ ਸਵੇਰ ਸਾਜਦੋਂ ਕਿ ਗੁਰੂ ਜੀ ਤੁਰੰਤ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਤੇਸਾ ਬਾਣੀ ਪਰਦਾ ਖੇਤਾ ਵਿੱਚ ਜਾ ਰਿਹਾ ਸੀ ਉਹਨਾਂ ਦੀ ਆਵਾਜ਼ ਗੁਰੂ ਜੀ ਨੇ ਸੁਣੀ ਤੇ ਆਪਣੇ ਕੋਲ ਬੁਲਾ ਲਿਆ ਜਾਓ ਥੋੜੀ ਦੂਰ ਇੱਕ ਕੜੀ ਇਕਾਂਤ ਵਿੱਚ ਬੈਠ ਕੇ ਜਾਓ ਬਿਲਕੁਲ ਚੁੱਪ ਬੈਠ ਕੇ ਆ ਜਾਓ țesa ਮੱਥਾ ਠੇਕ ਕੇ ਦੁਰਪਿਆ ਇੱਕ ਨਵਾਂ ਉਤਸ਼ਾਹ ਉਸ ਵਿੱਚ ਸੀ ਇਕ ਇਕਾਂਤ ਥਾਂ ਦੇ ਕੇ ਬੈਠ ਗਿਆ ਚਾਰ ਚੁਫੇਰਾ ਸ਼ਾਂਤ ਸੀ ਵਾਤਾਵਰਣ ਵਿੱਚ ਕੋਈ ਹਲਚਲ ਨਹੀਂ ਸੀ ਪਰ țesa ਜੀਵ ਵਿੱਚ ਵੀ ਇੱਕ ਅਜੀਬ ਜਿਹੀ ਹਰਕਤ ਮਹਿਸੂਸ ਕਰ ਰਿਹਾ ਸੀ ਕਦੀ ਸ਼ਾਂ ਸ਼ਾਂ ਦੀ ਆਵਾਜ਼ਾਂ ਆਪਣੇ ਹੀ ਅੰਦਰ ਤੋਂ ਆ ਰਹੀਆਂ ਮਹਿਸੂਸ ਹੋ ਰਹੀਆਂ ਸਨ ਕਦੋਂ ਕਈ ਸੁਰਤਾਂ ਜੋ ਉਸਤੇ ਸਕੇ ਸੰਬੰਧੀਆਂ ਦੀਆਂ ਸਨ ਫਿਰਦੀਆਂ ਦੇਖਦਾ ਬਧਿਰਾ ਧਿਆਨ ਹਟਾਵੇ ਪਰ ਕਦੇ ਫੇਰ ਮੋੜ ਹੋਰ ਕੋਈ ਸੂਰਤ ਚਿਹਰਾ ਟੁੱਪੂ ਪੁਲੀ ਹੋਈ ਉਸਤੇ ਅੱਗੇ ਆ ਜਾਂਦੀ ਰੁਝੋਏ ਉਹੀ ਜਿਹੜੀ ਆ ਫੀਲਿੰਗ ਹੈ ਜਾਂ ਉਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਸਾਂਝੀ ਕੀਤੀ ਹੈ ਕਿ ਜਦੋਂ ਵੀ ਆਪਾਂ ਆਪਣੇ ਮਨ ਦੀ ਬਿਰਤੀਆਂ ਦੇ ਨਾਲ ਕਿਸੇ ਨੂੰ ਵੀ ਸੋਚਦੇ ਆ ਨਾ ਜਿੱਥੇ ਅਸੀਂ ਪਰਮਾਤਮਾ ਦੀ ਜਿਹੜੀ ਆ ਅਸੀਂ ਉਸਤਤ ਕਰਨੀ ਹੁੰਦੀ ਹੈ ਤੇ ਜੇ ਅਸੀਂ ਸੋਚਦੇ ਆ ਕਿ ਫਲਾਣੀ ਜਗ੍ਹਾ ਇਦਾਂ ਦੀ ਸੀ ਫਲਾਣਾ ਗੁਰੂ ਘਰ ਇਦਾਂ ਦਾ ਸੀ ਵਿਦੇਸ਼ ਇਦਾਂ ਦੇ ਨੇ ਆ ਜੋ ਖਬਰ ਸੁਣੀ ਤਾਂ ਸਾਡੇ ਮਨ ਦੇ ਵਿੱਚ ਉਹ ਗੱਲ ਆ ਜਾਂਦੀ ਆ ਉਹੀ ਜਿਹੜੀ ਬਿਰਤੀ ਸੀਗੀ ਭਾਈ țeasa singh ji ਦੇ ਨਾਲ ਵੀ ਜਿਹੜੀ ਆ ਉਹ ਉਹਨਾਂ ਦੇ ਨਾਲ ਵਾਪਰ ਰਹੀ ਸੀ ਉਹਨਾਂ ਨੂੰ ਜੀ ਤੇ țeasa ji ਹੈਰਾਨ ਸੀ ਕਿ ਗੁਰੂ ਜੀ ਨੇ ਕਿਸ ਤਰ੍ਹਾਂ ਦਾ ਧਿਆਨ ਲਗਾਉਣ ਲਈ ਭੇਜ ਦਿੱਤਾ ਉਹਨਾਂ ਨੇ ਤਾਂ ਕੇਵਲ ਮੈਨੂੰ ਇੱਕ ਘੜੀ ਇਕਾਂਤ ਵਿੱਚ ਬੈਠ ਕੇ ਓਨਲੀ ਗਿਆ ਹੈ ਪਰ ਮੰਨ ਤਾਂ ਵੇਲਾ ਬਹਿਦਾ ਹੀ ਨਹੀਂ ਕਈ ਮੂਰਤਾਂ ਕਈ ਸੱਜਣ ਕਈ ਵੈਰੀ ਕਈ ਪ੍ਰਾਏ ਅੱਖਾਂ ਅੱਗੇ ਆਉਣ ਲੱਗ ਪਏ ਪਰ ਇੱਕ ਨੂਰ ਜਿਹਾ ਹਮੇਸ਼ਾ ਉਹਨਾਂ ਨਾਲ ਰਹਿੰਦਾ ਹੋਣ ਦਾ ਪ੍ਰਕਾਸ਼ ਮਹਿਸੂਸ ਹੋਇਆ ਪਰ ਹਜ਼ੂਰੀ ਨਾ ਮਿਲੀ ਮੇਰਾ ਦਿਲ ਜ਼ਰੂਰ ਮੈਲਾ ਹੈ ਤਾਂ ਕੀ ਇਹ ਹਾਲ ਹੈ ਮੈਂ ਸਮਝਦਾ ਸੀ ਕਿ ਬਾਣੀ ਤੋਂ ਸੇਵਾ ਨਾਲ ਮੇਰੀ ਮੈਲ ਝੜ ਗਈ ਹੈ ਇਹ ਤਾਂ ਕੇਵਲ ਧੂੜ ਚੜੀ ਹੈ ਮੈਲ ਤਾਂ ਅਜੀਬ ਹੀ ਚੰਬੜੀ ਗਈ ਹੈ ਜੋ ਦਿਲ ਦੇ ਸ਼ੀਸ਼ੇ ਨੂੰ ਤੁੰਦਲਾ ਪਈ ਕਰਦੀ ਹੈ ਜਿਸ ਕਾਰਨ ਪ੍ਰਭੂ ਦਾ ਦੀਦਾਰ ਨਹੀਂ ਹੁੰਦਾ ਅਚਾਨਕ ਟੇਸਾ ਜੀ ਨੂੰ ਖਿਆਲ ਆਇਆ ਕਿ ਗੁਰੂ ਜੀ ਨੇ ਚੁੱਪ ਬੈਠ ਕੇ ਆਉਣ ਲਈ ਕਿਹਾ ਸੀ ਇਹ ਤੇ ਤਾਂ ਖਿਆਲਾ ਦੇ ਘੋੜੀ ਦੌੜ ਦੇ ਪਏ ਜਾਂਦੇ ਰੋਲਾ ਜਿਹਾ ਪਿਆ ਹੋਇਆ ਤੇ ਤੂੰ ਤੇ ਹੁਕਮ ਪਾਲ ਨਹੀਂ ਗਿਆ ਕੇਵਲ ਅਡੋਲ ਤੂੰ ਚੁੱਪਚਾਪ ਬਿਨਾਂ ਕੁਝ ਕਹੇ ਬੈਠਣਾ ਹੈ ਜਦ ਸੱਚ ਦਾ ਗਿਆਨ ਹੋ ਗਿਆ ਤਾਂ ਚਾਰੇ ਪਾਸੇ ਚਾਨਣ ਹੀ ਚਾਨਣ ਆ ਗਿਆ ਹਜ਼ੂਰੀ ਮਿਲ ਗਈ ਸਿਮਰਨ ਕਰਨ ਨਾਲ ਮਨ ਵਿੱਚ ਪਿਆਰੇ ਦੀ ਮਿੱਠੀ yaad ਵਸ ਗਈ ਉਸ ਵਾਹਿਗੁਰੂ ਦੀ ਯਾਦ ਵਿਸਰਨਾ ਦਿੱਤੀ ਤੇ ਇਤਨੀ ਪਕਾ ਲਈ ਕਿ ਉਹ ਕਦੇ ਨਾ ਭੁੱਲੇ ਇਤਨਾ ਪਿਆਰ ਰਬ ਜੀ ਨਾਲ ਕਿ ਇੱਕ ਮਿਖ ਹੋ ਗਏ ਆਪਾ ਭੁੱਲ ਗਏ ਇਸ ਤਰ੍ਹਾਂ ਗੁਰੂ ਦੀ ਮਿਹਰ ਸਦਕਾ ਤੇ ਸਾ ਜੀ ਨੂੰ ਨਾਮ ਸਿਮਰਨ ਦਾ ਗਿਆਨ ਹੋ ਗਿਆ ਜਦ ਗੁਰੂ ਜੀ ਕੋਲ ਮੁੜੇ ਉਹਨਾਂ ਆਖਿਆ ਆਬੀਸ ਦਾ ਆਨੰਦ ਲਵੁ ਬੁਝਿਆ ਨੂੰ ਵੀ ਸਹੀ ਰਾਦਾਸਨ ਅਨੰਦ ਦਿਵਾਓ ਤੇ ਗੁਰੂ ਜੀ ਰੰਗ ਦੇ ਜੋਦੇ ਪੈਦਾ ਕਰ ਰਹੇ ਸਨ ਤਾਂ ਮਨ ਦੇ ਸੂਰਮੇ ਵੀ ਪੈਦਾ ਕਰ ਰਹੇ ਸਨ ਜਿਨ੍ਹਾਂ ਮਨ ਨੂੰ ਅਮਨ ਵੀ ਦਿੱਤਾ ਜਾ ਕੇ ਹਰ ਰੰਗ ਲਾਗੋ ਇਸ ਯੁਗ ਮੈ ਸੋ ਕਹੀਅਤ ਹੈ ਸੂਰਾ ਜਾ ਕੇ ਹਰ ਰੰਗ ਲਾਗੋ ਇਸ ਯੁਗ ਮੈ ਸੋ ਕਹੀਅਤ ਹੈ ਸੂਰਾ ਜੀ ਹਾਂ ਜੀ ਸੋ ਗੁਰੂ ਗੋਬਿੰਦ ਸਾਹਿਬ ਜੀ ਦਾ ਜਿਹੜਾ ਸਿੱਖਾਂ ਦੇ ਮਨ ਤਨ ਜਿਹੜੇ ਦੋਵੇਂ ਜਿਹੜੇ ਬਲਵਾਨ ਬਣਾਏ ਜਿੱਥੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਆ ਅਖਾੜਾ ਤਿਆਰ ਕੀਤਾ ਸਿਹਤ ਸੰਬੰਧੀ ਜੜੀਆਂ ਤੰਦਰੁਸਤ ਹੋਣ ਦੇ ਲਈ ਆਖਿਆ ਕਿ ਜੇ ਅਸੀਂ ਇੱਕ ਪਤਲੇ ਜੇ ਮਾੜ ਗੂਜੇ ਬੰਦੇ ਦੇ ਹੱਥ ਦੇ ਵਿੱਚ ਤਲਵਾਰ ਫੜਾ ਦਈਏ ਤੇ ਉਹ ਕੀ جنگ ਜਿੱਤ ਕੇ ਆਊਗਾ ਜਿਹੜਾ ਜਿਹੜਾ ਆ ਉਹ ਤਲਵਾਰ ਦਾ ਵਜਨੀ ਨਾ ਸਹਿ ਸਕੇ ਤੇ ਜੇ ਅਸੀਂ ਗੱਲ ਕਰੀਏ ਜਿਹੜਾ ਬਾਬਾ ਦੀਪ ਸਿੰਘ ਜੀ ਦੀ ਜਿਨ੍ਹਾਂ ਨੇ 80 ਸਾਲ ਦੇ ਵਿੱਚ ਜਿਹੜਾ ਆ ਸਵਾ ਮਨ ਦਾ ਜਿਹੜਾ ਖੰਡਾ ਵਾਇਆ ਉਹ ਆਤਮਿਕ ਤੌਰ ਤੇ ਵੀ ਜਿਹੜੇ ਬਲਵਾਨ ਸੀਗੇ ਓਹੋ ਸਰੀਰਕ ਤੌਰ ਤੇ ਵੀ ਬਲਵਾਨ ਸੀ ਐਸੇ ਕਰਕੇ ਜਿਹੜਾ ਆ ਗੁਰੂ ਘਰ ਦੇ ਵਿੱਚ ਸਿਰਫ ਇਹ ਨਹੀਂ ਆ ਕਿ ਤੁਸੀਂ ਡੋਲੇ ਛੋਲੇ ਬਣਾ ਲੇ ਲੰਮੀ ਚੌੜੀ ਜਿਹੜੀ ਆ ਬਾਡੀ ਜੀ ਬਣਾ ਲਈਆ ਤੇ ਤੁਸੀਂ ਜਿਹੜੇ ਆ ਤੰਗ ਤੰਗ ਸ਼ਰਟਾਂ ਕੁਰਤੇ ਪਜਾਮੇ ਜੇ ਪਾ ਕੇ ਜਿਹੜੇ ਤੁਸੀਂ ਲੋਕਾਂ ਨੂੰ ਦਿਖਾਉਂਦੇ ਜਾਓ ਜਦੋਂ ਤੁਹਾਨੂੰ ਤੁਹਾਡੇ ਗੁਰੂ ਦੇ ਉੱਤੇ ਕੋਈ ਵੀ ਆਂਚ ਆਵੇ ਜਾਂ ਜਦੋਂ ਤੁਹਾਨੂੰ ਵੀ ਤੁਹਾਡੇ ਉੱਤੇ ਕੋਈ ਆਂਚ ਆਵੇ ਕੋਈ ਕਿਸੇ ਤੇ ਜ਼ੁਲਮ ਕਰਦਾ ਹੋਵੇ ਤੇ ਉਹ ਤੁਹਾਡਾ ਸਰੀਰ ਜਿਹੜਾ ਬਣਾਇਆ ਆ ਉਸ ਦੀ ਰੱਖਿਆ ਕਰਨ ਦੇ ਵਿੱਚ ਸਹਾਇ ਹੋਵੇ ਤੇ ਜੇ ਤੁਸੀਂ ਸਰੀਰਕ ਤੌਰ ਤੋਂ ਆ ਜਿਹੜੇ ਹੋ ਤੁਸੀਂ ਨਿਰੋਗ ਹੋ ਤਕੜੇ ਹੋ ਤਾਂ ਜੇ ਤੁਹਾਡਾ ਮਾਨ ਹੀ ਨਾ ਹੋਇਆ ਤੁਹਾਡਾ ਹੌਂਸਲਾ ਹੀ ਨਾ ਹੋਇਆ ਤਾਂ ਫਿਰ ਤੁਹਾਡੇ ਏਡੇ ਸਰੀਰ ਦਾ ਕੀ ਕਰਨਾ ਹੁਣ ਇਹ ਕੋਈ ਮੰਨ ਲਓ ਵੀ ਜੇ ਕੋਈ ਤਕੜਾ ਪਹਿਲਵਾਨ ਹੋਵੇ ਤੇ ਉਹਦੇ ਦੇ ਵਿੱਚ ਕੋਈ ਜਿਗਰਾ ਹੀ ਨਾ ਹੋਵੇ ਕਿ ਮੈਂ ਕਿਸੇ ਨੂੰ ਕੁਝ ਕਹਿ ਸਕਾਂ ਤੇ ਉਹਦੇ ਤਕੜੇ ਸਰੀਰ ਦਾ ਵੀ ਰੂਹੀ ਜੀ ਅਸੀਂ ਕੀ ਕਰਨਾ ਕਿ ਨਹੀਂ ਜੇ ਉਹਦਾ ਫਾਇਦਾ ਵੀ ਕੀ ਆ ਇਸੇ ਕਰਕੇ ਜਿਹੜਾ ਆ ਗੁਰੂ ਘਰ ਦਾ ਸਿਧਾਂਤ ਹੈ ਜਿੱਥੇ ਸਾਨੂੰ ਸੰਤ ਬਣਾਉਂਦਾ ਆ ਨਿਤਨੇਮ ਕਰਨ ਵਾਸਤੇ ਦੱਸਦਾ ਆ ਅੰਮ੍ਰਿਤ ਵੇਲੇ ਦੇ ਨਾਲ ਜੁੜਨ ਨੂੰ ਦੱਸਦਾ ਆ ਨਿਮਰਤਾ ਰੱਖਣ ਨੂੰ ਸਬਰ ਸੰਤੋਖ ਰੱਖਣ ਨੂੰ ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਤੋਂ ਦੂਰ ਰੱਖਣ ਨੂੰ ਕਹਿੰਦਾ ਆ ਉੱਥੇ ਸਾਨੂੰ ਜਿਹੜਾ ਆ ਇੱਕ ਯੋद्धा ਵੀ ਬਣਾਇਆ ਆ ਤੇ ਤੇ ਝੋਦਾ ਵੀ ਬਣਾਇਆ ਹੈ ਤਾਂ ਕਿ ਜੇ ਕਿਸੇ ਮਜਲੂਮ ਹੁੰਤੇ ਜਿਹੜਾ ਆ ਜ਼ੁਲਮ ਹੁੰਦਾ ਹੋਵੇ ਤੇ ਸਾਨੂੰ ਜਿਹੜਾ ਆ ਉਥੇ ਉਹਦੀ ਜਿਹੜੀ ਆ ਢਾਲ ਬਣ ਕੇ ਜਿਹੜੀ ਆ ਰੱਖਿਆ ਕਰਨੀ ਜਿਹੜੀ ਚਾਹੀਦੀ ਆ ਸਾਨੂੰ ਸੰਤ ਵੀ ਬਣਾਇਆ ਤੇ ਸਾਨੂੰ ਸਿਪਾਹੀ ਵੀ ਬਣਾਇਆ ਤੇ ਅੱਜ ਕੱਲ ਜੋ ਲੋਕਾਂ ਦੇ ਵਿੱਚ ਜਿਹੜੀ ਸਾਡੀ ਛਵੀ ਜਿਹੜੀ ਆ ਬਣਦੀ ਜਾ ਰਹੀ ਆ ਉਹ ਇੱਕ ਸੰਤ ਦੀ ਜਿਹੜੀ ਬਣਦੀ ਜਾ ਰਹੀ ਆ ਤੇ ਜਦੋਂ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਆ ਸਾਨੂੰ ਜਿਹੜਾ ਆ ਸਿਪਾਹੀ ਨਹੀਂ ਸਾਨੂੰ ਜਿਹੜਾ ਅੱਤਵਾਦੀ ਕਿਹਾ ਜਾਂਦਾ ਆ ਤੇ ਇਸੇ ਤਰ੍ਹਾਂ ਦੀ ਜਿਹੜੀ ਆ ਛਵੀ ਲੋਕਾਂ ਦੇ ਵਿੱਚ ਜਿਹੜੀ ਆ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਆ ਬਣੀ ਹੋਈ ਆ ਜਿਹੜੇ ਸਾਨੂੰ ਜਿਹੜੇ ਨੇ ਉਹ ਟਿਚ ਜਾਣਦੇ ਨੇ ਸਾਨੂੰ ਮੁੱਠੀ ਪਰ ਜਾਣਦੇ ਨੇ ਸਾਨੂੰ 40 ਸਿੰਘ ਗੜੀ ਵਾਲੇ ਸਮਝਦੇ ਨੇ ਕਿ ਹਾਂ 40 ਸਿੰਘ ਗੜੀ ਵਾਲੇ ਨੇ ਚਾਹੇ ਉਹ ਆਨੰਦਪੁਰ ਸਾਹਿਬ ਦੇ ਕਿਲੇ ਵਾਲੇ ਦੀ ਜਿਹੜੀ ਆ ਜਿਹੜੀ ਆ ਉਹ ਗੱਲ ਕਰਦੇ ਨੇ ਸੋ ਇਸ ਕਰਕੇ ਜਿਹੜਾ ਆ ਕਦੀ ਵੀ ਕਿਸੇ ਨੂੰ ਜਿਹੜਾ ਆ ਮਜ਼ਲੂਮ ਦੇ ਉੱਤੇ ਜਿਹੜਾ ਜ਼ੁਲਮ ਨਹੀਂ ਕਰਨਾ ਚਾਹੀਦਾ ਸਾਰੇ ਉਹ ਪ੍ਰਮਾਤਵਾ ਵਾਹਿਗੁਰੂ ਅੱਲਾ ਰਾਮ ਰਮੇ ਹੋਏ ਦੀ ਜਿਹੜੀ ਆ ਇਹ ਸੰਤਾਨ ਨੇ ਸਾਰਿਆਂ ਦੇ ਨਾਲ ਜਿਹੜਾ ਪ੍ਰੇਮ ਪਿਆਰ ਜਿਹੜਾ ਆ ਉਹ ਰੱਖਣਾ ਚਾਹੀਦਾ ਆ ਆਪਣੇ ਮਨ ਨੂੰ ਜਿਹੜਾ ਆ ਸ਼ਾਂਤ ਰੱਖਣਾ ਚਾਹੀਦਾ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਸਹਿਜਤਾ ਦੇ ਨਾਲ ਜਿਹੜੀ ਆ ਬਾਣੀ ਪੜ੍ਹਨੀ ਚਾਹੀਦੀ ਆ ਰੁਹੀ ਜੀ ਸਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਆ ਮੇਰੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੋਏਗਾ ਜਾਂ ਜਿਹੜੇ ਸਾਡੇ ਦਰਸ਼ਕ ਸੋਚਦੇ ਨੇ ਜਾਂ ਸਾਡੇ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਤੁਸੀਂ ਕਹ ਜੀ ਇਹ ਇੱਕ ਹੁਣ ਇੱਕ ਮਿੰਟ ਦੇ ਵਿੱਚ ਜਿਹੜਾ ਤੁਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖਿਓ ਕਿ ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਅ ਐਕਸਟਰਾ ਕਰਦੇ ਹਾਂ ਕਹਿਣ ਤੋਂ ਭਾਵ ਦਿਨ ਦੇ ਵਿੱਚ ਜਾਂ ਸੁਖਮਨੀ ਸਾਹਿਬ ਦਾ ਕਰਦੇ ਹਾਂ ਜਾਂ ਤੁਸੀਂ ਨਿਤਨੇਮ ਕਰਦੇ ਹੋ ਜਾਂ ਸ਼ਾਮ ਦਾ ਰਹਿਰਾ ਸਾਹਿਬ ਕਰਦੇ ਹੋ ਜਾਂ ਕੀਰਤਨ ਸੋਲਾ ਸਾਹਿਬ ਦਾ ਪਾਠ ਕਰਦੇ ਹੋ ਸਾਡੇ ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਨੇ ਉਹ ਵਿਕਾਰ ਆਉਂਦੇ ਨੇ ਇਹ ਇਸੇ ਕਰਕੇ ਆਉਂਦੇ ਨੇ ਕਿ ਜਿਹੜਾ ਆ ਸਾਡਾ ਮਨ ਜਿਹੜਾ ਆ ਸਿਮਰਨ ਦੇ ਨਾਲ ਨਹੀਂ ਜੁੜਿਆ ਉਸ ਬਾਣੀ ਦੇ ਨਾਲ ਨਹੀਂ ਜੁੜਿਆ ਕਿਉਂਕਿ ਜਦੋਂ ਸਾਡਾ ਜਿੰਨਾ ਚਿਰ ਭਾਂਡਾ ਖਾਲੀ ਹੋਵੇਗਾ ਉਹਦੇ ਵਿੱਚ ਕੁਛ ਨਾ ਕੁਛ ਪੈਂਦਾ ਰਹੇਗਾ ਜੇ ਸਾਡੇ ਭਾਂਡੇ ਦੇ ਵਿੱਚ ਨਾਮ ਰੂਪੀ ਜਿਹੜਾ ਆ ਰੱਬ ਦਾ ਸਿਮਰਨ ਹੋਊਗਾ ਉਸ ਪਰਮਾਤਮਾ ਦਾ ਸਿਮਰਨ ਹੋਊਗਾ ਫਿਰ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਆ ਦੂਜੀ ਚੀਜ਼ ਉਹਦੇ ਵਿੱਚ ਜਿਹੜੀ ਆ ਕੋਈ ਆ ਕੇ ਪਾਊਗੀ ਸੋ ਜਿਹੜਾ ਸਾਡਾ ਪਹਿਲਾਂ ਤਾਂ ਜਿਹੜਾ ਨਾਮ ਰੂਪੀ ਜਿਹੜਾ ਆ ਭਾਂਡਾ ਜਿਹੜਾ ਆ ਉਸ ਨੂੰ ਜਿਹੜਾ ਸਾਨੂੰ ਧੋਣਾ ਪੈਣਾ ਮੰਨਦੇ ਅੰਦਰੋਂ ਉਹਨੂੰ ਸਵੱਛ ਕਰਨਾ ਪੈਣਾ ਤੇ ਸਾਨੂੰ ਉਹਦੇ ਵਾਸਤੇ ਸੇਵਾ ਸਿਮਰਨ ਜ਼ਰੂਰੀ ਹੈ ਫਿਰ ਬਹੁਤ ਸਾਰੇ ਲੋਕ ਨਾ ਆ ਸੋਚ ਕੇ ਨਾਮ ਜਪਨਾ ਬੰਦ ਕਰ ਦਿੰਦੀ ਹੈ ਕਿ ਸਾਡੇ ਤਾਂ ਦਿਮਾਗ 'ਚ ਖਿਆਲ ਹੀ ਵਖਰੀ ਵਖਰੀ ਆਂਦੇ ਰਹਿੰਦੇ ਤੇ ਮਤਲਬ ਬੈਨ ਦਾ ਕੀ ਫਾਇਦਾ ਪਰ ਉਹ ਜੋ ਸ਼ੁਰੂਆਤ ਹੈ ਉਹ ਹੋਣੀ ਲਾਜ਼ਮੀ ਹੈ ਉਹ ਸਭ ਨਾਲ ਹੁੰਦਾ ਹੌਲੀ ਹੌਲੀ ਕੀ ਹੋਣਗੇ ਜਿਹੜੇ ਵਿਕਾਰ ਨੂੰ ਘਟਦੇ ਜਾਣਗੇ ਬਿਲਕੁਲ ਜੀ ਬਿਲਕੁਲ ਜੀ ਰੋਹਿਤ ਜੀ ਇਹ ਬਹੁਤ ਵੱਡਾ ਜਿਹੜਾ ਆ ਇਹ ਫੈਕਟ ਵੀ ਆ ਇੱਕ ਤੇ ਜਿਸ ਨੂੰ ਜਿਹੜਾ ਆ ਨਾਮ ਸਿਮਰਨ ਦੇ ਨਾਲ ਦੇਖੋ ਅਭਿਆਸ ਕਰਨਾ ਬਹੁਤ ਹੀ ਜਿਹੜੀ ਆ ਚੰਗੀ ਗੱਲ ਹੈ ਉਸ ਨੂੰ ਪਰ ਹਾਂ ਇੱਕ ਗੱਲ ਹੈ ਇਸ ਨੂੰ ਜਿਹੜਾ ਆ ਹੌਲੀ ਹੌਲੀ ਅਸੀਂ ਘਟ ਦੇ ਵੀ ਦੇਖਣਾ ਚਾਹੁੰਦੇ ਆ ਇਹ ਨਾ ਹੋਵੇ ਕਿ ਜਦੋਂ ਸਾਡੇ ਘਰੇ ਪਰੌਣੇ ਆਏ ਹੋਣ ਤਾਂ ਅਸੀਂ ਜਿਹੜਾ ਕਮਰੇ ਦੀ ਕੁੰਡੀ ਲਾ ਕੇ ਤੇ ਅਸੀਂ ਬੈੱਡ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾਈਏ ਕਿ ਸਾਡਾ ਜਿਹੜਾ ਅਭਿਆਸ ਚੱਲਦਾ ਪਿਆ ਸਾਡਾ ਅਭਿਆਸ ਸੁਦਮ ਹੋਣਾ ਚਾਹੀਦਾ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਕਿਸੇ ਨੂੰ ਜਿਹੜਾ ਆ ਕਿਸੇ ਵੀ ਪਤਾ ਵੀ ਨਾ ਲੱਗੇ ਪਤਾ ਵੀ ਨਾ ਲੱਗੇ ਸਾਡੇ ਮਨ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜਾ ਆ ਅਭਿਆਸ ਹੋ ਰਿਹਾ ਆ ਉਹ ਪਰਮਾਤਮਾ ਅਸੀਂ ਕਹਿੰਦੇ ਆ ਕੀ ਜਿਹੜਾ ਸਾਡੇ ਅੰਦਰ ਜਿਹੜਾ ਸਾਡਾ ਰੱਬ ਵੱਸਦਾ ਆ ਤੇ ਫੇਰ ਬੰਦਿਆ ਤੂੰ ਆਪਣੇ ਅੱਖਾਂ ਦੇ ਨਾਲ ਕੀ ਤੱਕਦਾ ਹੈ ਮੂੰਹ ਦੇ ਨਾਲ ਕੀ ਬੋਲਦਾ ਹੈ ਹੱਥਾਂ ਦੇ ਨਾਲ ਕੀ ਕਰਦਾ ਪੈਰਾਂ ਦੇ ਨਾਲ ਕੀ ਕਰਨ ਜਾ ਰਿਹਾ ਜੇ ਤੇਰੇ ਅੰਦਰ ਪਰਮਾਤਮਾ ਦੀ ਜੋਤ ਹੈ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਤੇਰੇ ਅੰਦਰ ਵੱਸਦਾ ਆ ਘਟ ਘਟ ਮੈਂ ਹਰ ਜੂ ਵੱਸਿਆ ਉਹ ਘਟ ਤੂੰ ਵੀ ਆ ਚਾਹੇ ਉਹ ਪੌਤੇ ਨੇ ਚਾਹੇ ਧਰਤੀ ਆ ਜ਼ਮੀਨ ਐ ਪੱਥਰ ਐ ਹਵਾ ਐ ਪਾਣੀ ਐ ਜੋ ਵੀ ਐ ਉਹ ਘਟ ਤੋਂ ਵੀ ਆ ਤੇਰੇ ਅੰਦਰ ਵੀ ਪਰਮਾਤਮਾ ਵੱਸਦਾ ਆ ਤੇ ਤੈਨੂੰ ਜਿਹੜਾ ਆ ਇਸ ਵਿਕਾਰਾਂ ਤੋਂ ਜਿਹੜਾ ਆ ਦੂਰ ਰਹਿਣਾ ਚਾਹੀਦਾ ਆ ਸੋ ਇਸੇ ਤਰ੍ਹਾਂ ਦਾ ਜਿਹੜਾ ਆ ਇਹ ਜੇ ਪਾਈਟੇ ਸਾਸਿੰਘ ਜੀ ਦਾ ਵੀ ਜੀਵਨ ਸੀ ਉਹਨਾਂ ਨੇ ਵੀ ਆਪਣੇ ਮਨ ਨੂੰ ਕਿਵੇਂ ਸ਼ਾਂਤ ਕੀਤਾ ਸੀ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਸਾਰਾ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀ ਆ ਝਾਤ ਮਾਰੀ ਆ ਸਾਨੂੰ ਵੀ ਉਹਨਾਂ ਤੋਂ ਇਹੀ ਸਿੱਖਿਆ ਲੈਣੀ ਚਾਹੀਦੀ ਆ ਕਿ ਮਨ ਨੂੰ ਅਭਿਆਸ ਨੂੰ ਕਿਵੇਂ ਜਿਹੜਾ ਆ ਕਰਨ ਕਰਨਾ ਚਾਹੀਦਾ ਆ ਤੇ ਮਨ ਨੂੰ ਕਿਵੇਂ ਸ਼ਾਂਤ ਕਰਕੇ ਇਸ ਮਨ ਰੂਪੀ ਭਾਂਡੇ ਦੇ ਵਿੱਚ ਉਸ ਰੱਬ ਰੂਪੀ ਦਾ ਜਿਹੜਾ ਆ ਆਕਾਲ ਪੁਰਖ ਦਾ ਜਿਹੜਾ ਆ ਉਹ ਸਿਮਰਨ ਪਾਉਣਾ ਆ ਬਿਲਕੁਲ ਜੀ ਤੇ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਉਂਦੇ ਆ ਤੇ ਅੱਜ ਦੀ ਅਖਬਾਰ ਦੀ ਸੁਰੱਖਿਆ ਕੀ ਕਹਿੰਦੇ ਨੇ ਬਿਲਕੁਲ ਜੀ ਰਹਿਣ ਦੇ ਸਮੇਂ ਦੇ ਵਿੱਚ ਜਿਹੜੀ ਆ ਰੂਹੀ ਜੀ ਆਪਾਂ ਸੁਰੱਖਿਆ ਤੇ ਵੀ ਜਾਂਦੇ ਜਾਂਦੇ ਝਾਤ ਮਾਰ ਲੈਣੇ ਆ ਜੀ ਤੇ ਪਹਿਲੀ ਸੁਰਖੀ ਹੈ ਕਿ ਅਸੀਂ ਜੰਗ ਜ਼ਰੂਰ ਜਿੱਤਾਂਗੇ ਤੇ ਹਿਟਲਰ ਵਾਂਗ ਯੂਕਰੇਨ ਨੂੰ ਹਰਾਵਾਂਗੇ ਕਹੇ ਪੁਤਿਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਤੇ ਵਿਕਟਰੀ ਦਿਵਸ ਤੇ ਯੂਕਰੇਨ ਨੂੰ ਜਿੱਤਣ ਦਾ ਵਾਅਦਾ ਕੀਤਾ ਹੈ ਪੁਤਿਨ ਨੇ ਕਿਹਾ ਕਿ ਅਸੀਂ ਯੂਕਰੇਨ ਦੀ ਜੰਗ ਉਸੇ ਤਰ੍ਹਾਂ ਜਿੱਤਾਂਗੇ ਜਿਸ ਤਰ੍ਹਾਂ ਦੂਜੇ ਵਿਸ਼ਵ ਯੁੱਧ ਵਿੱਚ ਹਿਟਲਰ ਦੀ ਨਾਜ਼ੀ ਫੌਜ ਨੇ ਜਿੱਤੀ ਸੀ ਇਸ ਤੋਂ ਇਲਾਵਾ ਪੁਤਿਨ ਵਿਨਾਸ਼ਕਾਰੀ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਦੁਨੀਆ ਨੂੰ ਆਪਣੀ ਤਾਕਤ ਵਿਖਾਉਣਗੇ ਪੁਤਿਨ ਨੇ ਅੱਜ ਮਾਸਕੋ ਦੇ ਰੈਡ ਸਕੁਆਇਰ ਤੋਂ ਭਾਸ਼ਣ ਦੇਣਗੇ ਤੇ ਜਿਸ ਵਿੱਚ ਉਹ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ ਜੀ ਪੁਤੀ ਨੇ ਕਿਹਾ ਕਿ ਅੱਜ ਸਾਡੇ ਸੈਨਿਕ ਉਹਨਾਂ ਦੇ ਪੂਰਵ ਦੇਸ਼ ਦੀ ਧਰਤੀ ਦੀ ਨਾਜ਼ੀ ਜ਼ਿੰਦਗੀ ਤੋਂ ਮੁਕਤ ਕਰਨ ਲਈ ਉਹਨਾਂ ਦੇ ਹਾਂਜੀ ਨਾਜ਼ੀ ਗੰਦਗੀ ਤੋਂ ਮੁਕਤ ਹਾਂ ਗੰਦਗੀ ਤੋਂ ਨਾਦੀ ਜਿਹੜੀ ਆ ਨਾਜ਼ੀ ਗੰਦਗੀ ਤੋਂ ਮੁਕਤ ਕਰਨ ਲਈ ਉਹਨਾਂ ਦੇ ਆਤਮਿਕ ਵਿਸ਼ਵਾਸ ਨਾਲ ਜਿਹੜੇ ਆ ਉਹ ਲੜ ਰਹੇ ਨੇ ਜਿਵੇਂ ਜਿਸ ਤਰ੍ਹਾਂ 1945 ਵਿੱਚ ਲੜੇ ਸਨ ਸਾ ਜਿਹੜੀ ਜਿੱਤ ਸਾਡੀ ਹੋਵੇਗੀ ਰੂਸ ਨੇ ਦਾਵਾ ਵੀ ਕੀਤਾ ਆ ਉਹ ਯੂਕਰੇਨ ਚ ਨਾਜ਼ੀ ਤੱਤਾ ਨੂੰ ਮੁਕਤ ਕਰਨ ਲਈ ਵਿਸ਼ੇਸ਼ ਫੌਜੀ ਮੋਹਮ ਚਲਾ ਰਿਹਾ ਹੈ ਦੂਜੇ ਵਿਸ਼ਵ ਜੂਦ ਦੌਰਾਨ ਸੋਵੀਅਤ ਸੰਘ ਦੇ 27 ਮਿਲੀਅਨ ਲੋਕ ਮਾਰੇ ਗਏ ਸਨ ਜੋ ਕਿ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸਨ ਇਹ ਖਾਸ ਕਰਕੇ ਜਿਹੜਾ ਆ ਰੂਸ ਦੇ ਰਾਸ਼ਟਰਪਤੀ ਵਿਲੈਡੀਮਿਰ ਪੋਪੇਨ ਜਿਹੜੇ ਆ ਉਹ 15 ਦੇਸ਼ਾਂ ਨੂੰ ਜਿਹੜੇ ਆ ਉਹ ਵਿਧਾਈ ਸੰਦੇਸ਼ ਭੇਜੇ ਨੇ ਉਹਨਾਂ ਨੇ ਇਸ ਵਿੱਚ ਜਿਹੜਾ ਆ ਯੂਕਰੇਨ ਜਿਹੜਾ ਆ ਆਰਮੇਨੀਆ ਬੇਲਾਰੂਸ ਕਜ਼ਾਕਿਸਤਾਨ ਜਿਹੜਾ ਹੈ ਕਿਰਗਿਸਤਾਨ ਜਿਹੜਾ ਮੋਲਡੋਵਾ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਜਿਹੜੇ ਨੇ ਅ ਅਬਖਾਜ਼ੀਆ ਹੋ ਗਿਆ ਦੱਖਣੀ 오ਸਸਤਿਆ ਹੋ ਗਿਆ ਡੀਪੀਆਰ ਹੋ ਗਿਆ ਐਲਪੀਆਰ ਹੋ ਗਿਆ ਤੇ ਜਿਹੜਾ ਆ ਜਾਰਜੀਆ ਸ਼ਾਮਲ ਜਿਹੜੇ ਨੇ ਇਸ ਵਿੱਚ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੇ ਵਧਾਈ ਦੇ ਜਿਹੜੇ ਨੇ ਸੰਦੇਸ਼ ਪੱਤਰ ਜਿਹੜੇ ਉਹਨਾਂ ਨੇ ਭੇਜੇ ਨੇ ਤੇ ਪੁਤਿਨ ਨੇ ਸੰਦੇਸ਼ ਵਿੱਚ ਅ ਕੀ ਲਿਖਿਆ ਆ ਉਹਨਾਂ ਨੇ ਇਹ ਲਿਖਿਆ ਸੀਗਾ ਕਿ 1945 ਦੀ ਤਰ੍ਹਾਂ ਜਿਹੜਾ ਆ ਸਾਡੀ ਜਿਹੜੀ ਆ ਉਹ ਜਿੱਤ ਹੋਵੇਗੀ ਸਾਡੇ ਪੂਰਵਜ ਵਾਂਗ ਹੀ ਸਾਡੇ ਸਿਪਾਹੀ ਮਾਤਭੂਮੀ ਨੂੰ ਜਿਹੜਾ 나ਜ਼ੀਆ ਤੋਂ ਆਜ਼ਾਦ ਕਰਵਾਉਣ ਲਈ ਜਿਹੜਾ ਲਗਾਤਾਰ ਜਿਹੜਾ ਜੰਗ ਕਰ ਰਹੇ ਨੇ ਲੜ ਰਹੇ ਨੇ ਅੱਜ ਸਾਡਾ ਫਰਜ਼ 나ਜ਼ੀਵਾਦ ਨੂੰ ਰੋਕਣਾ ਹੈ ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਜਿਹੜਾ ਆ ਉਹ ਦੁੱਖ ਹੋਇਆ ਮੈਨੂੰ ਉਮੀਦ ਹੈ ਕਿ ਨਵੀਂ ਪੀੜ੍ਹੀ ਆਪਣੇ ਪਿਤਾ ਤੇ ਦਾਦੇ ਦੇ ਯਾਦ ਦੇ ਯੋਗ ਜਿਹੜੀ ਆ ਹੋ ਸਕਦੀ ਹੈ ਜੀ ਤੇ ਅਗਲੀ ਜੋ ਅਖਬਾਰ ਦੀ ਸੁਰਖੀ ਹੋਗੀ ਕਹਿੰਦੀ ਹੈ ਜੀ ਬਿਲਕੁਲ ਜੀ ਜੀ ਪੰਜਾਬ ਸਰਕਾਰ ਦਾ ਪਹਿਲਾ ਬਜਟ ਜੂਨ ਵਿੱਚ ਪੇਸ਼ ਹੋਵੇਗਾ ਆਮ ਲੋਕਾਂ ਤੋਂ رائے ਲਈ ਜਾਵੇਗੀ ਪੰਜਾਬੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਪਹਿਲੇ ਬਜਟ ਵਿੱਚ ਲੋਕਾਂ ਦੇ ਸੁਝਾਅ ਵੀ ਸ਼ਾਮਲ ਕੀਤੇ ਜਾਣਗੇ ਤੇ ਸਰਕਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਜਨਤਾ ਦਾ ਬਜਟ ਤਿਆਰ ਕਰਨ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰ ਇਸ ਨੂੰ ਮਹੱਤਵਪੂਰਨ ਵਿੱਤੀ ਨੀਤੀ ਦਸਤਾਵੇਜ਼ ਬਣਾਉਣ ਦੇ ਮੌਕੇ ਵਜੋਂ ਦੇਖ ਰਹੀ ਹੈ ਕਿਉਂਕਿ ਨਵੀਂ ਸਰਕਾਰ ਨੇ ਮਾਰਚ ਦੇ ਤੀਜੇ ਹਫਤੇ ਹੀ ਅਹੁਦਾ ਸੰਭਾਲਿਆ ਤੇ ਉਸਨੇ 3 ਮਹੀਨਿਆਂ ਲਈ ਲੇਖਾ ਜੋਖਾ ਪੇਸ਼ ਕੀਤਾ ਤੇ ਪੰਜਾਬ ਦਾ ਬਜਟ ਜੂਨ ਵਿੱਚ ਪੇਸ਼ ਕੀਤਾ ਜਾਣਾ ਹੈ ਵਿਕ ਮੰਤਰੀ ਹਰਪਾਲ ਜੀ ਨੇ ਕਿਹਾ ਕਿ ਬਜਟ ਤਿਆਰ ਕਰਨ ਲਈ ਸੂਬੇ ਦੇ ਬੁੱਧੀਜੀਵਾਂ ਤੋਂ ਸੁਝਾਅ ਆ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਸੁਝਾਅ ਖਾਸ ਕਰਕੇ ਨਿਰਯਾਤ ਤੇ ਖੇਤੀਬਾੜੀ ਬਾਰੇ ਕਾਫੀ ਵਿਹਾਰਕ ਹਨ ਤੇ ਰੁਜ਼ਗਾਰ ਦੇ ਹਰ ਮੌਕੇ ਹੋਰ ਜੋ ਮੌਕੇ ਨੇ ਉਹ ਪਾਇਦਾ ਕਰਨ ਦਾ ਟੀਚਾ ਵੀ ਹੈ ਉਹਨਾਂ ਇਹ ਵੀ ਕਿਹਾ ਕਿ ਅਸੀਂ ਇਹਨਾਂ ਸਾਰੇ ਸੁਝਾਵਾਂ ਨੂੰ ਬਜਟ ਵਿੱਚ ਸ਼ਾਮਲ ਕਰਾਂਗੇ ਤੇ ਜੀਮਾ ਨੇ ਕਿਹਾ ਕਿ ਲੋਕਾਂ ਦੇ ਸੁਝਾਅ ਆ ਰਹੇ ਹਨ ਕਿ ਸੂਬੇ ਦੀ ਡਿਗਰੀ ਆਰਥਿਕਤਾ ਨੂੰ ਮੂੜ ਸੁਰਜੀਤ ਕਰਨ ਤੋਂ ਲਾਗੇ ਉਦਯੋਗਿਕ ਨਿਵੇਸ਼ ਕੀਵੇਂ ਕੀਤਾ ਜਾਵੇ ਲੋਕਾਂ ਨੇ ਸਿੱਖਿਆ ਤੇ ਸਿਹਤ ਖੇਤਰਾ ਵਿੱਚ ਵੀ ਵੱਧ ਖਰਚ ਕਰਨ ਤੇ ਖੇਤੀ ਵਿਪਿੰਤਾ ਲਈ ਵੀ ਆਪਣੀ رائے ਜੋ ਪ੍ਰਗਟਾਈ ਹੈ ਜੀ ਅਗਲੀ ਜਿਹੜੀ ਆ ਖਬਰ ਸਾਹਮਣੇ ਆ ਰਹੀ ਹੈ ਕਿ ਬੀਐਸਐਫ ਨੇ 82 ਸਰਹੱਦ ਤੇ ਢੇਰ ਕੀਤਾ ਪਾਕਿਸਤਾਨੀ ਡਰੋਨ 10 ਕਿਲੋ ਹੈਰਨ ਬ੍ਰਾਹਮਤ ਸੀਮਾ ਸੁਰੱਖਿਆ ਬਲ ਨੇ ਸੋਮਵਾਰ ਨੂੰ ਤੜਕੇ ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਸਰਹੱਦ ਅਟਾਰੀ ਨੇੜੇ ਇੱਕ ਪਾਕਿਸਤਾਨੀ ਡਰੋਨ ਨੂੰ ਜਿਹੜਾ ਆ ਦੇਖ ਦਿੱਤਾ ਤੇ ਹੈਰੋਇਨ ਦੇ 9 ਪੈਕੇਟ ਜਿਹੜੇ ਨੇ ਉਹ ਬਰਾਮਦ ਕੀਤੇ ਨੇ ਫੜੀ ਗਈ ਹੈਰੋਇਨ ਦਾ ਵਜ਼ਨ ਕਰੀਬ 10 ਕਿਲੋ ਦੇ ਅਰਧਗਿਰਦਾ ਦੱਸਿਆ ਗਿਆ ਹੈ ਬੀਐਸਐਫ ਨੇ ਇੱਕ ਟਵੀਟ ਦੇ ਵਿੱਚ ਪੁਸ਼ਟੀ ਕਰਦਿਆ ਕਿਹਾ ਹੈ ਕਿ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਡਰੋਨ ਰਾਹੀਂ ਤਸਕਰੀ ਦਾ ਇੱਕ ਹੋਰ ਜਿਹੜੀ ਆ ਕੋਸ਼ਿਸ਼ ਕਰ ਰਹੇ ਸਨ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਖਬਰਾਂ ਵੀ ਜਿਹੜੀਆਂ ਲਗਾਤਾਰ ਦੇਖਣ ਨੂੰ ਮਿਲੀਆਂ ਕਈ ਵਾਰੀ ਜਿਹੜੀਆਂ ਰੂਹੀ ਜੀ ਜਿਹੜੀਆਂ ਖਬਰਾਂ ਆਈਆਂ ਕਿ ਪਾਕਿਸਤਾਨ ਵੱਲੋਂ ਜਿਹੜਾ ਡਰੋਨ ਭੇਜਿਆ ਜਾ ਰਿਹਾ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜਾ ਆ ਉਹਦੇ ਵਿੱਚ ਡਰੱਗਸ ਵਗੈਰਾ ਜਿਹੜੀ ਆ ਭੇਜੀ ਜਾ ਰਹੀ ਆ ਤੇ ਉਹ ਜਿਹੜੀ ਆ ਉਸ ਦੀ ਹੁਣ ਜਿਹੜੀ ਆ ਫੜੀ ਗਈ ਆ ਉਹ 10 ਕਿਲੋ ਦੇ ਕਰੀਬ ਏਰ ਦੇ ਏਰ ਦੇ ਜਿਹੜੀ ਆ ਉਹੋ ਦੱਸੀ ਗਈ ਹੈ ਤੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਆ ਰਹੇ ਡਰੋਨ ਦੇ ਉੱਤੇ ਜਿਹੜੀ ਆ ਗੋਲੀਬਾਰੀ ਕੀਤੀ ਉਸ ਨੂੰ ਜਿਹੜਾ ਆ ਡਿਸਟਰੋਏ ਕਰ ਦਿੱਤਾ ਡੇਗ ਦਿੱਤਾ ਤੇ ਡਰੋਨ ਦੇ ਨਾਲ ਜਿਹੜਾ ਆ ਇੱਕ ਬੈਗ ਸੀਗਾ ਜਿਸ ਵਿੱਚ ਜਿਹੜੇ ਨੋ ਪੈਕੇਟ ਜਿਹੜੇ ਆ ਉਹਦੇ ਵਿੱਚੋਂ ਹੈਰੋਇਨ ਦੇ ਜਿਹੜੇ ਆ ਉਹ ਫੜੇ ਗਏ ਸੀਗੇ ਜੀ ਤੇ ਇੱਕ ਰਿਪੋਰਟ ਅਨੁਸਾਰ ਪਾਕਿਸਤਾਨੀ ਏਜੰਸੀ ਆਈਐਸਆਈ ਸਰਹਦੀ ਪਿੰਡਾਂ ਦੇ ਕਿਸਾਨਾਂ ਤੇ ਨੌਜਵਾਨਾਂ ਨੂੰ ਲੁਭਾਉਣ ਦੇ ਨਾਲ ਨਸ਼ੇ ਦੇ ਸੁੱਧਾਗਰ ਬਣਾ ਰਹੀ ਹੈ ਤੇ ਆਈਐਸਆਈ ਨੇ 14 ਜਿਹੇ ਨਾਮੀ ਸਮਗਲਰਾਂ ਨੂੰ ਇਹ ਕੰਮ ਸੌਂਪਿਆ ਜੋ ਕਿ ਸਰਹੱਦ ਤੋਂ ਹੈਰੋਇਨ ਦੀ ਖੇਪ ਬੇਰੋਕ ਤੱਕਾ ਕਰ ਰਹੇ ਨੇ ਤੇ ਇਸ ਦੇ ਇੱਕ ਉਦਾਹਰਨ ਹਾਲ ਹੀ ਵਿੱਚ ਜੋ ਆਰਡੀਐਕਸ ਨਾਲ ਫੜੇ ਗਏ ਚਾਰ ਅਤਵਾਦੀ ਸੰਜੂ ਕਰਨਾਲ ਵਿੱਚ ਫੜੇ ਗਏ ਸੰ ਤੇ ਪੁਚਕਿਸ਼ ਦੌਰਾਨ ਖੁਲਾਸਾ ਹੋਇਆ ਕਿ ਇਹ ਮੁਲਜ਼ਮਾ ਨੇ ਹਾਲ ਹੀ ਵਿੱਚ 14 ਕਿਲੋ ਹੈਰੋਇਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤੀ ਸੀ ਜੀ ਹਾਂਜੀ ਤੇ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਰਨਾਲ ਤੋਂ ਗ੍ਰਿਫਤਾਰ ਸ਼ੱਕੀ ਅਤਵਾਦੀਆਂ ਦਾ ਵੱਡਾ ਖੁਲਾਸਾ ਜਿਹੜਾ ਦੇਸ਼ ਦੇ ਕਈ ਹਿੱਸਿਆਂ 'ਚ ਕਰਨਾ ਚਾਹੁੰਦੇ ਸੀ ਵੱਡੇ ਘਾਰੇ ਹਾਂਜੀ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਫੜੇ ਕੇ ਸ਼ੱਕੀ ਤੌਰ ਤੇ ਜਿਹੜੇ ਅੱਤਵਾਦੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਵੀ ਹੋਏ ਨੇ ਇਹਨਾਂ ਅੱਤਵਾਦੀਆਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੇ ਪਾਕਿਸਤਾਨ ਦੇ ਵਿਸਫੋਟਕਾਂ ਦੀ ਖੇਪ ਦੇ ਦੇਸ਼ ਦੇ ਕਈ ਹਿੱਸਿਆਂ ਵਿੱਚ ਜਿਹੜੀ ਆ ਉਹ ਰੱਖਣੀ ਸੀਗੀ ਇਸ ਦੇ ਮਾਮਲੇ ਵਿੱਚ ਹੀ ਪਾਕਿਸਤਾਨ ਜਿਹੜਾ ਆਈਐਸਆਈ ਦੇ ਇੱਕ ਵੱਡੀ ਸਾਜ਼ਿਸ਼ ਦਾ ਜਿਹੜਾ ਪਰਦਾਫਾਸ਼ ਹੋ ਗਿਆ ਹੈ ਤੇਲੰਗਾਨਾ ਕਨੈਕਸ਼ਨ ਤੇ ਵੀ ਸੁਰੱਖਿਆ ਏਜੰਸੀਆਂ ਦੀ ਜਲਦ ਹੀ ਜਿਹੜਾ ਆ ਉਸ ਵੱਡਾ ਖੁਲਾਸਾ ਕਰ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਹਾਂਜੀ ਕਿ ਨੰਦੇੜ ਤੋਂ ਬਾਅਦ ਪਾਕਿਸਤਾਨ ਤੋਂ ਵਿਸਫੋਟਕ ਤੇ ਹਥਿਆਰ ਇੱਕ ਵਾਰ ਤੇਲੰਗਾਨਾ ਪਹੁੰਚ ਚੁੱਕੇ ਹਨ ਤੇ ਖੁਲਾਸਾ ਕਰਨਾਲ ਤੋਂ ਫੜੇ ਗਿਆ ਤਵਾਦੀ ਫਿਰੋਜ਼ਪੁਰ ਦੇ ਰਹਿਣ ਵਾਲੇ ਸ਼ਕਤੀਵਾਦੀ ਗੁਰਪ੍ਰੀਤ ਤੋਂ ਕੁਝ ਕੁ ਤਰ੍ਹਾਂ ਪਤਾ ਚੱਲ ਲੀ ਹੈ ਗੁਰਪ੍ਰੀਤ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਤਵਾਦੀ ਰਿੰਦਾ ਦੇ ਲਗਾਤਾਰ ਸੰਪਰਕ ਵਿੱਚ ਸੀ ਤੇ ਗੁਰਪ੍ਰੀਤ ਇੱਕ ਵਾਰ ਪਾਕਿਸਤਾਨ ਤੋਂ ਵਿਸਫੋਟਕ ਤੇ ਹਥਿਆਰਾਂ ਦੀ ਕੀਪ ਹైదరాబాద్ ਤੇ ਤੇਲੰਗਾਨਾ ਵਿੱਚ ਭਾਰਤ ਪਹੁੰਚਾ ਚੁੱਕਾ ਹੈ ਇਸ ਦੇ ਨਾਲ ਹੀ ਇਤਵਾਦੀਆਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਬਰਾਮਦ ਹਥਿਆਰਾਂ ਤੇ ਵਿਸਫੋਟਕਾਂ ਦੀ ਖੇਪ ਦਾ ਕੁਝ ਹਿੱਸਾ ਪੰਜਾਬ ਵਿੱਚ ਕਿਸੇ ਥਾਂ ਤੇ ਪਲਾਨ ਕੀਤਾ ਜਾ ਚੁੱਕਾ ਸੀ ਜਿਸ ਤੇ ਕੇਂਦਰੀ ਏਜੰਸੀ ਤੇ ਪੰਜਾਬ ਪੁਲਿਸ ਤਲਾਸ਼ੀ ਮੁਹਿੰਮ ਚ ਲੱਗੀ ਹੋਈ ਹੈ ਤੇ ਉੱਥੇ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਜੋ ਫੜੇ ਗਟਵਾਦਿਆਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਤੇ ਇਹ مشکوک ਅਤਵਾਦੀਆਂ ਦੀ ਪੁੱਛਗਿੱਛ ਤੇ ਰਿੰਦਾ ਦੇ ਕਰੀਬੀ ਦੋਸ ਕੁਲਦੀਪ ਉਰਫ ਸੰਨੀ ਤੋਂ ਪੰਜਾਬ ਦੇ ਨਵਾਂ ਸ਼ਹਿਰ ਵਿੱਚ ਹੋਈ ਪੁਛਕਿਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਤਵਾਦੀ ਰਿੰਦਾ ਦਾ ਦੇਸ਼ ਵਿਰੋਧੀ ਏਜੰਡਾ 5 ਲੱਖ ਲੈ ਕੇ ਭਾਰਤ ਵਿੱਚ ਧਮਾਕਾ ਕਰਨਾ ਹੈ। ਭਾਰਤ ਦੇ ਕਈ ਰਾਜਾਂ ਤੋਂ ਇਲਾਵਾ ਪਾਕਿਸਤਾਨ ਆਈਐਸਆਈ ਤੇ ਰਿੰਦਾਦੀ ਨਿਸ਼ਾਨੇ ਤੇ ਪੁਲਿਸ ਫੋਰਸ ਦੇ ਜਵਾਨ ਵੀ ਹਨ ਤੇ ਜਿਨ੍ਹਾਂ ਨੂੰ ਅਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਵੀ ਸੌਂਪਿਆ ਗਿਆ ਸੀ। ਜੀ। ਆਰਡੀਆਈ ਦੇ ਅਧੀਨ ਹਨ ਪ੍ਰਾਈਵੇਟ ਸਕੂਲ ਹਾਈ ਕੋਰਟ ਨੇ ਕਿਹਾ ਹਰ ਜਿਹੜੀ ਆ ਜਾਣਕਾਰੀ ਮੰਗੀ ਆ ਉਹਨਾਂ ਦੀ ਤੇ ਜਿਹੜੀ ਉਹ ਜਾਣਕਾਰੀ ਉਹ ਸਾਂਝੀ ਵੀ ਕਰਨੀ ਪੈਗੀ। RTI ਹਰਿਆਣਾ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਣ ਜਿਹੜਾ RTI ਤਹਿਤ ਮੰਗੀ ਗਈ ਜਾਣਕਾਰੀ ਦੇਣੀ ਪਵੇਗੀ 5 ਮਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਬਜਟ ਸਕੂਲਾਂ ਦੀ ਐਸੋਸੀਏਸ਼ਨ ਦੀ ਨਿਸ਼ਾ ਵੱਲੋਂ ਜਿਹੜੀ ਆ ਜਾਣਕਾਰੀ ਨਾ ਦੇਣੀ ਜਿਹੜਾ ਨਾ ਦੇਣ ਸੰਬੰਧੀ ਜਿਹੜੀ ਆ ਉਹ ਪਟੀਸ਼ਨ ਨੂੰ ਜਿਹੜਾ ਆ ਉਹ ਖਰਚ ਕਰ ਦਿੱਤਾ ਸੀਗਾ ਤੇ ਇਸ ਦੇ ਨਾਲ ਹੀ ਹਰਿਆਣਾ ਸਸਪਰਤ ਏਕਤਾ ਮੰਚ ਨੇ ਇਸ ਨੂੰ ਜਿਹੜਾ ਮਾਪਿਆਂ ਦੀ ਜਿੱਤ ਦੱਸਿਆ ਫੋਰਸ ਦੇ ਸੂਬਾ ਪ੍ਰਧਾਨ ਐਡਵੋਕੇਟ ਓਪੀ ਸ਼ਰਮਾ ਅਤੇ ਜਰਨਲ ਸੂਬਾ ਜਰਨਲ ਸਕੱਤਰ ਕੈਲਾਸ਼ ਸ਼ਰਮਾ ਨੇ ਕਿਹਾ ਕਿ ਰਾਜ ਸੂਚਨਾ ਕਮਿਸ਼ਨ ਅਗਸਤ 2022 ਵਿੱਚ ਇੱਕ ਹੁਕਮ ਵਿੱਚ ਕਿਹਾ ਸੀਗਾ ਕਿ ਪ੍ਰਾਈਵੇਟ ਸਕੂਲ ਹਾਂਜੀ 2021 ਦੇ ਵਿੱਚ ਹਾਂ 2021 ਦੇ ਵਿੱਚ ਕਿਹਾ ਗਿਆ ਸੀਗਾ ਕਿ ਪ੍ਰਾਈਵੇਟ ਸਕੂਲ ਜਿਹੜਾ ਆ ਆਰਟੀਆਈ ਤਹਿਤ ਮੰਗੀ ਗਈ ਜਿਹੜੀ ਆ ਜਾਣਕਾਰੀ ਦੇਣ ਤੋਂ ਜਿਹੜਾ ਆ ਇਨਕਾਰ ਨਹੀਂ ਕਰ ਸਕਦੇ ਤੇ ਦੱਸਦੇ ਕਿ ਆਈਐਸਆਈ ਐਸ ਆਈਐਸਆਈ ਦੀ بار-ਬਾਰ ਗੱਲ ਹੋ ਰਹੀ ਹੈ ਤੇ ਆ ਵੀ ਇਦਾਂ ਹੀ ਰਿਹਾ ਹੈ ਹਾਂ ਜੀ ਐਸਆਈ ਸਿੱਧੇ ਇਸ ਹੁਕਮ ਦੀ ਪਾਲਣਾ ਕਰਦੇ ਆ ਸਕੂਲ ਸਿੱਖਿਆ ਡਾਇਰੈਕਟੋਰੇਟ ਪੰਚਕੂਲਾ ਨੇ 3 ਸਤੰਬਰ ਨੂੰ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਗਾਜ਼ ਸੂਚਨਾ ਕਮਿਸ਼ਨ ਨੇ ਪ੍ਰਾਈਵੇਟ ਸਕੂਲਾਂ ਦੀ ਦਲੀਲ ਦਿੱਤੀ ਸੀ ਕਿ ਪ੍ਰਾਈਵੇਟ ਸੰਸਥਾਵਾਂ ਇਸ ਲਈ ਜਾਣਕਾਰੀ ਦੇਣ ਲਈ ਪਾਬੰਦੀ ਨਹੀਂ ਹਨ ਤੇ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਇਸ ਲਈ ਆਰਟੀਆਈ ਤਹਿਤ ਪ੍ਰਾਈਵੇਟ ਸਕੂਲਾਂ ਬਾਰੇ ਮੰਗੀ ਗਈ ਜਾਣਕਾਰੀ ਤੇ ਜਾਣਕਾਰੀ ਪ੍ਰਾਈਵੇਟ ਸਕੂਲਾਂ ਤੋਂ ਉਪਲਬਧ ਕਰਵਾ ਕੇ ਬਿਨਾਂ ਕਾਰਨ ਮੁਹੱਈਆ ਕਰਵਾਈ ਜਾਵੇ ਤੇ ਜਿਹੜੇ ਸਕੂਲ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹਨ ਜਾਂ ਇਨਕਾਰ ਮਤਲਬ ਦੀ ਸੂਰਤ ਹੁੰਦੀ ਹੈ ਤਾਂ ਉਹਨਾਂ ਨੂੰ ਸਿੱਖਿਆ ਡਾਇਰੈਕਟੋਰੇਟ ਕਰਨ ਕਾਰਨ ਸਕੂਲ ਦੀ ਮਾਨਤਾ ਵਾਪਸ ਲੈਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ ਬਿਲਕੁਲ ਜੀ ਵੱਡੀ ਖਬਰ ਸਾਹਮਣੇ ਇਹ ਵੀ ਆਈ ਹੈ ਕਿ ਭਗਵੰਤ ਮਾਨ ਦੀ ਨਾਲ ਮੁਲਾਕਾਤ ਕਰਨਗੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਕੱਲ ਜਿਹੜੀ ਆ ਉਹ ਮੁਲਾਕਾਤ ਕਰਨਗੇ ਇਹ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ਕਾਂਗਰਸ ਪ੍ਰਦੇਸ਼ ਕਮੇਟੀ ਦੇ ਜਿਹੜੇ ਨਵਜੋਤ ਸਿੰਘ ਸਿੱਧੂ ਜੀ ਆ ਜਿਹੜੇ ਆ ਉਹ ਜਿਹੜਾ ਆ ਭਗਵੰਤ ਮਾਨ ਦੀ ਜੇ ਨਾਲ ਜਿਹੜੀ ਆ ਉਹ ਗੱਲਬਾਤ ਕਰਨਗੇ ਕੀ ਗੱਲਾਂ ਬਾਤਾਂ ਹੋਣਗੀਆਂ ਕੇਸ ਉਤੇ ਵਿਚਾਰ ਚਰਚਾ ਕੀਤੀ ਜਾਏਗੀ ਜਾਂ ਉਹਦਾ ਜਿਹੜਾ ਕੀ ਸਿੱਟਾ ਨਿਕਲੇਗਾ ਜਾਂ ਕੀ ਉਹਦਾ ਜਿਹੜਾ ਆ ਹੱਲ ਜਾਂ ਕਰਪਸ਼ਨ ਦੀ ਗੱਲ ਕਰ ਲਈਏ ਜਾਂ ਸਿਸ ਮਾਵਾਂ ਦੀ ਗੱਲ ਕਰ ਲਈਏ ਬਿਜਲੀ ਦੀ ਗੱਲ ਕਰ ਲਈਏ ਕਿਸ ਤਰ੍ਹਾਂ ਦੇ ਜਿਹੜੇ ਆ ਉਥੇ ਮਸਲੇ ਜਿਹੜੇ ਵਿਚਾਰੇ ਜਾਣਗੇ ਉਹ ਤਾਂ ਜਿਹੜਾ ਕੱਲ ਮੀਟਿੰਗ ਹੋਏਗੀ ਉਸ ਦੇ ਵਿੱਚ ਜਿਹੜਾ ਆ ਜਿਹੜਾ ਆ ਉਹ ਰਿਜ਼ਲਟ ਜਿਹੜਾ ਆ ਉਹ ਸਾਹਮਣੇ ਆਊਗਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਪਤਾ ਲੱਗੇਗਾ ਤੇ ਮੇਰੀ ਗੱਲ ਵੀ دلچਸਪੀ ਹੋ ਸਕਦੀ ਹੈ ਜੀ ਹਾਂਜੀ ਬਿਲਕੁਲ ਵੀ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਆ ਲਗਾਤਾਰ ਭਗਵਾਨਤਮਨ ਵੱਲੋਂ ਜਿਹੜਾ ਆ ਆਮ ਆਦਮੀ ਪਾਰਟੀ ਤੇ ਜਿਹੜੇ ਆ ਉਹਨਾਂ ਨੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਪੂਰਾ ਕਰਨ ਦੀ ਗੱਲ ਕੀਤੀ ਜਾ ਰਹੀ ਆ ਰੁਹੀ ਜੀ ਤੇ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਹਿਮਾਚਲ ਦੇ ਵਿੱਚ ਜਿਹੜੀ ਆ ਇਲੈਕਸ਼ਨ ਹੋਣੀ ਆ ਉਸ ਦੇ ਮੱਦੇਨਜ਼ਰ ਰੱਖ ਕੇ ਜਿਹੜਾ ਆ ਉੱਥੇ ਜਾ ਕੇ ਜਿਹੜਾ ਆ ਕੇਜਰੀਵਾਲ ਜੀ ਤੇ ਭਗਵਾਨ ਦਮਨ ਜੀ ਜਿਹੜੇ ਨੇ ਉੱਥੇ ਗਏ ਸੀਗੇ ਉਹਨਾਂ ਨੇ ਇਹ ਗੱਲ ਕੀਤੀ ਸੀਗੀ ਕਿ ਜੇ ਪੰਜਾਬ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਹੈਗੇ ਨੇ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਕਿ ਅਸੀਂ ਜਿਹੜਾ 20 ਦਿਨਾਂ ਦੇ ਵਿੱਚ ਕਰਪਸ਼ਨ ਜਿਹੜੀ ਆ ਖਤਮ ਕਰ ਦਿੱਤੀ ਗਈ ਆ ਤੇ ਹੁਣ ਜਿਹੜੀ ਆ ਇਹ ਬਿਜਲੀ ਜਿਹੜੀ ਆ ਇੱਕ ਜੁਲਾਈ ਤੋਂ ਜਿਹੜੀ ਆ ਉਹ ਫ੍ਰੀ ਕਰਨ ਦੀ ਜਿਹੜੀ ਆ 600 ਜੁਲੰਡ ਦੀ ਗੱਲ ਕੀਤੀ ਗਈ ਆ ਇਹ ਕਿਤੇ ਨਾ ਕਿਤੇ ਜਿਹੜੇ ਇਹ ਜਿਹੜੇ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਗਏ ਨੇ ਤੇ ਹੁਣ ਜਿਹੜਾ ਕਿਸਾਨਾਂ ਨੂੰ ਜਿਹੜਾ ਆ ਆਪਣੇ 50 ਦਿਨ ਪੂਰੇ ਹੋਣ ਤੇ ਜਿਹੜੇ ਐਮਐਸ ਤੇ ਮੂੰਗੀ ਤੇ ਦੇਣ ਦੀ ਗੱਲ ਕੀਤੀ ਆ ਹੋਰ ਫਸਲਾਂ ਤੇ ਜਿਹੜੀ ਆ ਗੱਲ ਕੀਤੀ ਆ ਤੇ ਛੋਨੇ ਦੀ ਜਿਹੜੀ ਸਿੱਧੀ ਬਜਾਈ ਦੀ ਜਿਹੜੀ ਗੱਲ ਕੀਤੀ ਆ ਤੇ ਉਹਦੇ ਉੱਤੇ ਜਿਹੜਾ ਆ ਇਹ ਜਿਹੜੇ ਫੈਸਲੇ ਲਏ ਗਏ ਨੇ ਇਹ ਕਿਤੇ ਹਿਮਾਚਲ ਦੀ ਜਿਹੜੀ ਆ ਆਹ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਹਨਾਂ ਨੂੰ ਜਿਹੜੇ ਲੁਭਾਉਣ ਨੇ ਜਿਹੜਾ ਦਿਖਾ ਕੇ ਜਿਵੇਂ ਪੰਜਾਬ ਦੇ ਵਿੱਚ ਵਾਅਦੇ ਕੀਤੇ ਸੀਗੇ ਉਸੇ ਤਰ੍ਹਾਂ ਜਿਹੜਾ ਆ ਸੱਤਾ ਹਾਸਲ ਦੀ ਜਿਹੜੀ ਇਹ ਗੱਲ ਕਰਨ ਦੀ ਗੱਲ ਤਾਂ ਨਹੀਂ ਜਿਹੜੀ ਚੱਲ ਰਹੀ ਹੈ ਤਾਂ ਆਉਣ ਵਾਲੇ ਜਿਹੜਾ ਆ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਤੇ ਰੂਹੀ ਜੀ ਹੁਣ ਜਿਹੜਾ ਸਾਡੇ ਜਾਣ ਦਾ ਸਮਾਂ ਵੀ ਹੋ ਰਿਹਾ ਆ ਇਸੇ ਤਰ੍ਹਾਂ ਜਿਹੜਾ ਆ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਰੂਹੀ ਜੀ ਨੂੰ ਤੇ ਗਗਨਦੀਪ ਸਿੰਘ ਅਨੰਦਪੁਰਿੰਦ ਦੇਉ ਯਾਦਤ ਸਸੀ ਅਕਾਲ